और ਅਸੀਂ 10,000 ਰੁਪਏ ਕੁਝ ਵੀ ਨਹੀਂ ਲੇਕਿਨ ਅਸੀਂ ਜਿਹੜਾ ਮਤਲਬ ਟੋਕਨ ਦੇ ਚਲੇ ਇਹਨਾਂ ਨੂੰ ਇਬਤਦਾ ਅਸੀਂ ਅੱਜ ਕਰ ਚੱਲੇ ਆ ਆਪਣਾ ਦਿਲ ਪਾਣਾ ਅੱਲਾਹ ਵਾਸਤੇ ਸਾਰੇ ਭਰਾਏ ਦੇ ਲਈ ਦੁਆ ਕਰੋ ਅੱਲਾਹ ਨੂੰ ਤੰਦਰੁਸਤੀ ਦੇਵੇ ਤੇ ਇਹਦੇ ਲਈ ਕੋਈ ਐਸਾ ਕੰਮ ਕਰ ਦਿਓ ਜਿਹੜਾ ਤੁਸੀਂ ਆਪਣੀ ਆਖਰ ਸਵਾਰ ਦਿਓ ਅਸੀਂ ਇਹ ਨਹੀਂ ਕਹਿੰਦੇ ਕਿ ਦੁਬਾਰਾ ਜ਼ਿੰਦਗੀ ਮਿਲੇਗੀ ਇਹਨਾਂ ਨੂੰ ਸਿਹਤ ਮਿਲ ਜਾਏਗੀ ਕਿਉਂਕਿ ਅਸੀਂ ਅਕਸਰ ਕਹਿੰਦੇ ਹਾਂ ਕਿ ਭਾਅ ਜੀ ਇਹਨੂੰ ਦੁਬਾਰਾ ਜ਼ਿੰਦਗੀ ਮਿਲੀ ਹੈ ਦੁਬਾਰਾ ਤਾਂ ਜ਼ਿੰਦਗੀ ਮਿਲਣੀ ਹੈ ਆਫਟਰ ਡੈਥ ਹੈ ਜੀ ਆਖਰਤ ਦੇ ਜ਼ਿੰਦਗੀ ਇੱਕੋ ਵਾਰੀ ਦੁਨੀਆ 'ਤੇ ਮਿਲਣੀ ਹੈ ਅੱਲਾਹ ਤਾਲਾ ਇਹਨਾਂ ਨੂੰ ਸਿਹਤ ਦੇ ਦੇਣਗੇ ਬਿਸਮਿਲ੍ਲਾਹਿ ਰਹਿਮਾਨ ਰਹੀਮ ਨਾਜ਼ਰੀਨ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੁਹਾਡਾ ਹੋਸਟ ਬਾਬਰ ਬੇਗ ABHD TV ਦੀ ਤਰਫੋਂ ਔਰ ਨਾਜ਼ਰੀਨ ਅੱਜ ਅਸੀਂ ਲਾਹੌਰ ਮੌਜੂਦ ਹਾਂ ਅਤੇ ਸਾਡੇ ਨਾਲ ਸਾਡੇ ਬਹੁਤ ਹੀ ਸੀਨੀਅਰ ਆਰਟਿਸਟ ਔਰ ਸਾਡੇ ਭਾਈ ਸਾਡੇ ਅਜ਼ੀਜ਼ ਸਾਡੇ ਮੁਹਤਰਮ ਜਨਾਬ ਇਮਤਿਆਜ਼ ਮੁਗਲ ਸਾਹਿਬ ਜਿਹੜੇ ਕਿ ਗੁਰਦਿਆਂ ਦੇ ਆਰਜ਼ੇ 'ਚ ਇਸ ਟਾਈਮ ਮੁਬਤਲਾ ਨੇ ਅੱਲਾਹ ਤਾਲਾ ਇਹਨਾਂ ਨੂੰ ਸਿਹਤ ਔਰ ਤੰਦਰੁਸਤੀ ਦੇ ਅਸੀਂ ਅੱਲਾਹ ਰੱਬੁਲ ਇੱਜ਼ਤ ਅੱਗੇ ਵੀ ਦੁਆਗੋ ਹਾਂ ਔਰ ਮੇਰੇ ਨਾਲ ਮੰਜ਼ਰ ਅਮੀਨ ਸਾਹਿਬ ਹਮੇਸ਼ਾ ਦੀ ਤਰ੍ਹਾਂ ਔਰ ਸਾਡੇ ਇਸ ਕਾਰਵਾਂ 'ਚ ਇੱਕ ਖੂਬਸੂਰਤ ਇਜ਼ਾਫਾ ਸਾਡੇ ਵੱਡੇ ਭਾਈ ਅੱਜ ਚੂੰਕਿ ਅਸੀਂ ਅਲਹਮਦੁਲਿਲਾ ਸੇਲ ਅਹਿਮਦ ਸਾਹਿਬ ਦੇ ਘਰ ਹੀ ਇਫਤਾਰੀ ਕੀਤੀ ਸਭ ਉੱਥੇ ਆਏ ਸਾਂ ਅਤੇ ਫਿਰ ਆਇਆਂ ਅਤੇ ਕਈ ਮਿਸ਼ਨ ਸਨ ਸੋ ਇਮਤਿਆਜ਼ ਮੁਗਲ ਸਾਹਿਬ ਵੀ ਸਾਡੇ ਸ਼ਡਿਊਲ 'ਚ ਸ਼ਾਮਿਲ ਸਨ ਇਹਨਾਂ ਦਾ ਅਸੀਂ ਖੈਰੋ ਆਫੀਅਤ ਪਤਾ ਵੀ ਲੈਣਾ ਸੀ ਔਰ ਇਹਨਾਂ ਵਾਸਤੇ ਦੁਆ ਵੀ ਔਰ ਇਹਨਾਂ ਵਾਸਤੇ ਕੋਸ਼ਿਸ਼ ਵੀ ਕਰਨੀ ਸੀ ਅਤੇ ਭਾ ਸ਼ੌਕਤ ਰੰਗੀਲਾ ਸਾਹਿਬ ਜਿਹੜੇ ਨੇ ਮਤਲਬ ਉਹ ਵੀ ਸਾਡੇ ਨਾਲ ਜਿਹੜਾ ਇਸ ਕਾਰ ਖੈਰ 'ਚ ਸ਼ਾਮਿਲ ਹੋਣਗੇ ਇਨਸ਼ਾਅੱਲਾ ਜਿਹੜਾ ਜਿੰਨੀ ਵੀ ਆਪਣੀ ਸ਼ਮੂਲੀਅਤ ਕਰ ਸਕਦਾ ਹੈ ਅਤੇ ਇਸ ਤਰ੍ਹਾਂ ਭਾਅ ਜੀ ਵੀ ਜਿਹੜਾ ਉਹ ਕਹਿੰਦੇ ਨੇ ਜੀ ਇਨਸ਼ਾਅੱਲਾ ਮੈਂ ਵੀ ਵਿੱਚ ਵਿੱਚ ਟਾਈਮ ਦਿਆਂਗਾ ਨਾਲ ਅਤੇ ਜਿਹੜੀ ਆਵਾਜ਼ ਦੇ ਮਤਲਬ ਉਹ ਸਿਠਾਵਾਂਗੇ ਔਰ ਭਾਅ ਜੀ ਵੀ ਅਲਹਮਦੁਲਿਲਾ ਬੜੇ ਹੀ ਬੀਬੇ ਬੰਦੇ ਨੇ ਇਹ ਸਕਰੀਨ 'ਤੇ ਕੁਝ ਹੋਰ ਨਜ਼ਰ ਆਉਂਦੇ ਨੇ ਲੇਕਿਨ ਅੱਲਾਹ ਤਾਲਾ ਨੇ ਉਹਨਾਂ ਬੜਾ ਖੂਬਸੂਰਤ ਦਿਲ ਦਿੱਤਾ ਲੇਕਿਨ ਸਾਡਾ ਮੌਜੂ ਜਿਹੜਾ ਅੱਜ ਇਮਤਿਆਜ਼ ਮੁਗਲ ਸਾਹਿਬ ਨੇ ਸੋ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਅਸਲਾਮ ਵਾਲੇਕੁਮ ਜੀ ਵਾਲੇਕੁਮ ਅਸਲਾਮ ਜਨਾਬ ਸਰ ਕੀ ਹਾਲ ਹੈ ਤੁਹਾਡਾ ਅਲਹਮਦੁਲਿਲਾ ਮੁਗਲ ਸਾਹਿਬ ਅਤੇ ਤੁਹਾਡੀ ਤਬੀਅਤ ਕੈਸੀ ਹੈ ਡਾਕਟਰ ਹੁਣ ਤੁਹਾਨੂੰ ਕੀ ਕਹਿ ਰਹੇ ਨੇ ਮੈਡੀਸਨ ਤੁਹਾਡੀ ਚੱਲ ਰਹੀ ਹੈ ਨਹੀਂ ਚੱਲ ਰਹੀ ਕੀ ਮਾਮਲਾ ਹੈ ਮੈਡੀਸਨ ਤਾਂ ਮੇਰੀ ਚੱਲ ਰਹੀ ਹੈ ਅਲਹਮਦੁਲਿਲਾ ਲੇਕਿਨ ਉਹ ਡਾਕਟਰ ਕਹਿੰਦਾ ਜੀ ਕਿ ਹਲੇ ਠੀਕ ਹੈ ਤੁਸੀਂ ਇਲਾਜ ਕਰਾਓ ਇਲਾਜ ਮੈਂ ਕਰਵਾ ਰਿਹਾ ਹੋਮਿਓਪੈਥਿਕ ਡਾਕਟਰ ਹੈ ਡਾਕਟਰ ਤੱਕੀ ਅਤੇ ਵੱਧ ਦਰੋੜ ਦੇ ਉਹਦੇ ਕੋਲੋਂ ਇਲਾਜ ਕਰਾ ਰਿਹਾ ਮੈਂ ਅਲਹਮਦੁਲਿਲਾ ਜੀ ਮਾਸ਼ਾਅੱਲਾ ਠੀਕ ਵੀ ਜਾ ਰਿਹਾ ਮੈਂ ਅਤੇ ਬਿਹਤਰ ਵੀ ਅੱਗੇ ਨਾਲੋਂ ਮੈਂ ਦੁਆ ਵੀ ਕਰਨਾ ਸਾਰਿਆਂ ਕਿ ਅੱਲਾ ਮੀਆਂ ਸਾਰਿਆਂ ਨੂੰ ਮੈਨੂੰ ਵੀ ਤੰਦਰੁਸਤੀ ਦੇਵੇ ਸਾਰਿਆਂ ਨੂੰ ਵੀ ਤੰਦਰੁਸਤੀ ਦੇਵੇ ਅਤੇ ਮੈਨੂੰ ਆਰਾਮ ਆ ਜਾਏ ਇਨਸ਼ਾਅੱਲਾ ਨਾਜ਼ਰੀਨ ਇਮਤਿਆਜ਼ ਮੁਗਲ ਸਾਹਿਬ ਦਾ ਜਿਹੜਾ ਪ੍ਰੋਬਲਮ ਹੈ ਉਹ ਇਹ ਵੇ ਕਿ ਟਰਾਂਸਪਲਾਂਟ ਤੋਂ ਇਲਾਵਾ ਕੋਈ ਵੀ ਰਸਤਾ ਨਹੀਂ ਪਾਕਿਸਤਾਨ 'ਚ ਟਰਾਂਸਪਲਾਂਟ ਦੀ ਜਿਹੜੀ ਇੱਕ ਅਸੀਂ ਰਫ ਜਿਹੀ ਕਿਸੇ ਕੋਲੋਂ ਜਿਹੜੀ ਉਹਦੀ ਪੁੱਛੇ ਨੇ ਪੈਸੇ ਉਹ ਤਕਰੀਬਨ 30 ਤੋਂ 35 ਲੱਖ ਰੁਪਇਆ ਜਿਹੜਾ ਉਹ ਖਰਚਾ ਆਉਂਦਾ